ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਅਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ। ਸੋ ਦੋਸਤੋ, ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੇਟ ਦੀਆਂ ਐਕਸਰਸਾਈਜ਼ ਦੱਸਾਂਗਾ। ਜਿਹੜੇ ਮੇਰੇ ਭੈਣ ਭਰਾ ਕਹਿੰਦੇ ਕਿ ਭਾਅ ਜੀ ਸਾਡਾ ਨਾ ਅਪਰ ਬੋਡੀ ਦਾ ਜਿਹੜਾ ਇੱਥੋਂ ਤੱਕ ਆ ਨਾ, ਕਹਿੰਦੇ ਉਹ ਤਾਂ ਫੇਟ ਘੱਟ ਜਾਂਦਾ, ਜਿਹੜਾ ਥੱਲੇ ਜਿਨ੍ਹਾਂ ਦਾ ਥੱਲੇ ਫੇਟ ਲਮਕੀ ਰਹਿ ਜਾਂਦੀ ਹੈ ਨਾ, ਉਹਨਾਂ ਦਾ ਉਹ ਫੇਟ ਨਹੀਂ ਘੱਟਦੀ ਹੈਗੀ ਜੀ। ਉਹ ਮੈਂ ਪਾ ਤੁਹਾਨੂੰ 5 ਤੋਂ 6 ਐਕਸਰਸਾਈਜ਼ਾਂ ਦੱਸਾਂਗਾ, ਤੁਸੀਂ ਆਪਣੇ ਘਰ ਦੇ ਵਿੱਚ ਕਦੋਂ ਵੀ ਕਿਸੇ ਵੀ ਟਾਈਮ ਤੁਸੀਂ ਕਰ ਸਕਦੇ ਹੋ। ਅਗਰ ਤੁਸੀਂ ਅਰਲੀ ਮਾਰਨਿੰਗ ਕਰੋਗੇ ਤਾਂ ਉਹਦੇ ਨਾਲ ਤੁਹਾਡੀ ਜਿਹੜੀ ਫੇਟ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪਏਗਾ। ਉਹ ਕਿਹੜੀਆਂ ਐਕਸਰਸਾਈਜ਼ਾਂ ਨੇ, ਕਿਵੇਂ ਕਰਨੀਆਂ ਨੇ, ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ। ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ। ਅਤੇ ਇੱਕ ਗੱਲ ਹੋਰ ਜੀ, ਇਹ ਜਿਹੜੀ ਐਕਸਰਸਾਈਜ਼ ਮੈਂ ਦੱਸ ਰਿਹਾ, ਚਾਹੇ ਤੁਸੀਂ ਮੇਲ ਹੋ ਜਾਂ ਫਿਰ ਤੁਸੀਂ ਫੀਮੇਲ ਹੋ, ਹੈ ਨਾ, ਕੋਈ ਵੀ ਦੋਨਾਂ ਦੇ ਵਿੱਚੋਂ ਕੋਈ ਵੀ ਕਰ ਸਕਦਾ, ਸਾਰਿਆਂ ਲਈ ਇਹ ਸੇਮ ਹੀ ਆ। ਬਸ ਤੁਸੀਂ ਐਕਸਰਸਾਈਜ਼ ਨੂੰ ਬੜੇ ਧਿਆਨ ਨਾਲ ਕਰਨਾ ਅਤੇ ਵਧੀਆ ਤਰੀਕੇ ਨਾਲ ਕਰਨਾ, ਜਲਦਬਾਜ਼ੀ ਨਹੀਂ ਕਰਨੀ, ਆਰਾਮ ਨਾਲ ਕਰਨੀ ਆ। ਸੋ ਉਹ ਕਿਹੜੀ ਐਕਸਰਸਾਈਜ਼ਾਂ ਨੇ, 6 ਅਤੇ ਕਿੰਨੇ ਕਿੰਨੇ ਰੈਪੀਟੇਸ਼ਨ ਲਾਉਣੇ ਆ ਜੀ, ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਤੁਸੀਂ ਨਾ ਕਿੱਦਾਂ ਦਾ ਮੈਟ ਲੈ ਲੈਣਾ, ਮੈਟ ਲੈ ਕੇ ਨਾ ਤੁਸੀਂ ਤਾਂ ਵਿਛਾ ਲੈਣਾ ਘਰ ਦੇ ਵਿੱਚ, ਹੈ ਨਾ। ਸਵੇਰੇ ਪਹਿਲਾਂ ਵਾਰਮ ਅਪ ਕਰਨਾ, ਦੇਖੋ ਆਪਾਂ ਅਪਰ ਬੋਡੀ ਦਾ ਨਹੀਂ ਲਾਉਣਾ, ਆਪਾਂ ਲੋਅਰ ਲਿਮਸ ਦਾ ਲਾਉਣਾ। ਤੁਸੀਂ ਕੀ ਕਰਨਾ, ਤੁਸੀਂ ਇੱਦਾਂ ਲੰਮੇ ਪੈ ਜਾਣਾ, ਲੰਮੇ ਪੈ ਕੇ ਹੱਥ ਆਪਣੀ ਹਿੱਪ ਦੇ ਨੀਚੇ ਰੱਖ ਲੈਣੇ ਆ, ਇੱਥੋਂ ਪਹਿਲੇ ਪੈਰ ਚੱਕਣੇ ਆਪਾਂ, 1, 2, 3, 4, 5, 6, 7, 8, 9, 10, 11, 12 ਲੈ ਕੇ ਨੀਚੇ ਸਲੋ ਹੋਣ ਆਰਾਮ ਨਾਲ, ਠੀਕ ਹੈ ਜੀ। ਮੈਂ ਤੁਹਾਨੂੰ ਘੱਟ ਐਕਸਰਸਾਈਜ਼ ਲਾਵਾਂਗਾ, ਆਪਾਂ ਤੁਸੀਂ 30 ਤੋਂ ਘੱਟ ਨਹੀਂ ਲਾਉਣੀਆਂ ਹੈਗੀਆਂ ਜੀ, ਠੀਕ ਹੈ ਜੀ। ਆਹ ਆਪਣੀ ਹੋ ਗਈ ਇੱਕ ਐਕਸਰਸਾਈਜ਼। ਹੁਣ ਅਗਲੀ ਜਿਹੜੀ ਐਕਸਰਸਾਈਜ਼ ਆ, 1, 2, 3, 4, 5, 6, 7, 8, 9, 10, 11, 12, 13 ਆਪਣੀ ਦੂਜੀ ਐਕਸਰਸਾਈਜ਼। ਹੁਣ ਆਪਣੀ ਜਿਹੜੀ ਤੀਜੀ ਐਕਸਰਸਾਈਜ਼ ਆ ਜੀ, ਤੀਜੀ ਐਕਸਰਸਾਈਜ਼ ਤੁਸੀਂ ਕਿਵੇਂ ਕਰਨੀ ਆ, ਤੁਸੀਂ ਤਾਂ ਹੱਥ ਰੱਖ ਲੈਣੇ ਆਪਣੇ ਪਿੱਛੇ, ਠੀਕ ਹੈ ਜੀ। ਇੱਥੇ ਹੱਥ ਰੱਖ ਕੇ ਤੁਸੀਂ ਤੋਂ ਆਹ ਕਰਨਾ, 1, 2 ਅਪ ਡਾਊਨ, ਅਪ ਡਾਊਨ ਕਰਨਾ, ਜਿਹਦੇ ਨਾਲ ਜਿਹੜੀ ਤੁਹਾਡੀ ਪੇਟ ਦੀ ਥੱਲੀ ਚਰਬੀ ਆ ਉਹ 'ਤੇ ਫਰਕ ਪੈਂਦਾ। ਆਹ ਜਿਹੜੀ ਚੀਜ਼ ਆ ਨਾ ਤੁਹਾਡੀ, ਆਹ ਐਪਸ ਆ, ਆਹ ਜਿਹੜੀ ਆਹ ਥਾਂ 'ਤੇ ਫਰਕ ਪੈਂਦਾ ਜੀ, ਆਹ ਥਾਂ 'ਤੇ, ਇੰਨੇ ਥਾਂ 'ਤੇ, ਆਹ ਦੇਖੋ ਲੋਅਰ 'ਤੇ ਉੱਪਰ ਫਰਕ ਪਏਗਾ, ਠੀਕ ਆ ਜੀ। ਆਹ ਆਪਣੀ ਤੀਜੀ ਐਕਸਰਸਾਈਜ਼ ਆ। ਜਿਹੜੀ ਚੌਥੀ ਐਕਸਰਸਾਈਜ਼ ਆ, ਸੇਮ ਹੀ ਰਹਿਣਾ ਵਾ, ਨਾਲ ਦੀ ਨਾਲ ਸ਼ੁਰੂ ਕਰ ਦੇਣੀ ਆ ਤੁਸੀਂ। ਉਹ ਕਿਹੜੀ ਆ, ਦੇਖੋ ਇਹ ਹੱਥ ਰੱਖ ਕੇ ਇਹ ਸਾਈਡ 'ਤੇ, 1, 2, 3, 4 ਹੁਣ ਜਿਹੜੀ ਆਪਣੀ ਅਗਲੀ ਐਕਸਰਸਾਈਜ਼ ਆ ਜੀ, ਹੁਣ ਕਿਵੇਂ ਕਰਨੀ ਆ, ਤੁਸੀਂ ਤਾਂ ਰੱਖ ਕੇ ਇਹਦਾ ਪਹਿਲਾਂ ਪਹਿਲਾਂ ਤੁਸੀਂ ਚੱਕਣਾ, ਇੱਕ ਪੈਰ ਚੱਕਣਾ, 1, 2, 3 ਜੇ ਤੁਸੀਂ ਤੁਹਾਡੇ ਕੋਲ ਪੈਰ ਇੱਦਾਂ ਨਹੀਂ ਜ਼ਮੀਨ 'ਤੇ ਖੜ੍ਹੇ ਹੁੰਦੇ ਪਏ ਨਾ, ਤਾਂ ਤੁਸੀਂ ਟੱਚ ਕਰ ਸਕਦੇ, ਕੋਈ ਦਿੱਕਤ ਨਹੀਂ ਹੈਗੀ, ਇੱਦਾਂ ਲਾ ਸਕਦੇ ਹੋ, 1, 2, 3, 4, 5, 6, 7, 8, 9, 10, 11, 13, 14, 15, 16, 17, 18, 19, 20 ਇਹ ਹੋ ਗਈ। ਹੁਣ ਜਿਹੜੀ ਅਗਲੀ ਐਕਸਰਸਾਈਜ਼ ਆ, ਤੁਸੀਂ ਕਿਵੇਂ ਕਰਨੀ ਆ, ਪੈਰ ਇਕੱਠੇ ਦਾ ਜੋੜ ਦੇਣੇ, ਥੱਲੇ ਜ਼ਮੀਨ ਨਾਲ ਧਿਆਨ ਰੱਖਿਓ, ਥੱਲੇ ਅੱਡੀ ਨਹੀਂ ਲੱਗਣੀ ਚਾਹੀਦੀ ਇੱਦਾਂ ਜੀ। ਇਹਨੂੰ ਇੱਦਾਂ ਰੱਖ ਕੇ ਤੁਸੀਂ ਦੇਖੋ ਕਿਉਂ, 1, 2, 3, 4 ਇੱਕ ਵਾਰ ਇੱਧਰ, ਇੱਕ ਵਾਰ ਇੱਧਰ, ਇੱਥੋਂ ਥੱਲੇ ਦੇ ਕਹਿਣਾ ਇੱਦਾਂ,
ਯੂ ਬਣਾਉਣਾ, ਯੂ ਹੈ ਨਾ, ਅੰਗਰੇਜ਼ੀ ਦਾ ਯੂ ਹੁੰਦਾ ਨਾ, ਯੂ ਬਣਾਉਣਾ ਇੱਦਾਂ ਇੱਦਾਂ ਯੂ। ਇੱਦਾਂ ਯੂ ਬਣਾਉਣਾ। ਫਿਰ ਜਿਹੜੀ ਅਗਲੀ ਐਕਸਰਸਾਈਜ਼ ਆ, ਲਾਸਟ ਐਕਸਰਸਾਈਜ਼ ਜੇ ਆਪਣੀ, ਅਗਲੀ ਐਕਸਰਸਾਈਜ਼ ਦੇਖੋ, ਤੁਸੀਂ ਇੱਦਾਂ ਹੱਥ ਜੋੜ ਕੇ ਇੱਦਾਂ ਥੱਲੇ ਰੱਖ ਲੈਣਾ, ਅਤੇ ਤੁਸੀਂ ਇਹਨੂੰ ਸਰਕਲ ਦੇਣਾ ਪੂਰਾ ਇੱਦਾਂ। ਇੱਕ ਦੋ ਤਿੰਨ ਇੱਦਾਂ। ਫਿਰ ਸਾਈਡ ਚੇਂਜ ਕਰ ਦੇਣੀ, ਸੋ ਇਹ ਐਕਸਰਸਾਈਜ਼ਾਂ ਤੁਸੀਂ ਡੇਲੀ ਆਪਣੇ ਘਰ ਦੇ ਵਿੱਚ ਕਰਨੀਆਂ ਨੇ। ਜਦੋਂ ਤੁਸੀਂ ਇਹ ਡੇਲੀ ਐਕਸਰਸਾਈਜ਼ ਕਰੋਗੇ ਤਾਂ ਤੁਹਾਡੇ ਪੇਟ ਦੇ ਐਪਸ ਦੇਖੋ ਕਿੱਡੀ ਛੇਤੀ ਕਲੀਅਰ ਹੁੰਦੇ, ਜਿਨ੍ਹਾਂ ਦੀ ਥੱਲੇਲੀ ਫੇਟ ਆ ਨਾ, ਜਿਵੇਂ ਆਹ ਜਿਹੜੀ ਫੇਟ ਆ, ਬਹੁਤ ਛੇਤੀ ਉਹਨਾਂ ਦੀ ਫੇਟ ਜਿਹੜੀ ਖੁਰ ਜਾਏਗੀ, ਕਲੀਅਰ ਹੋ ਜਾਊਗੀ ਉਹਨਾਂ ਦੀ। ਸੋ ਇਹ ਐਕਸਰਸਾਈਜ਼ਾਂ ਤੁਸੀਂ ਕਦੋਂ ਕਰਨਾ, ਇਹ ਐਕਸਰਸਾਈਜ਼ਾਂ ਨੂੰ ਤੁਸੀਂ ਸਵੇਰੇ ਅਰਲੀ ਮੋਰਨਿੰਗ ਖਾਲੀ ਪੇਟ ਤੁਸੀਂ ਕਰਨੀਆਂ ਨੇ। ਖਾਣਾ ਕੁਛ ਨਹੀਂ, ਜੇ ਅਗਰ ਤੁਸੀਂ ਕੁਛ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਸਵੇਰੇ ਉੱਠਣ ਸਾਰ ਨਾ ਗਰਮ ਪਾਣੀ ਪੀ ਕੇ ਉਹਦੇ ਨਾਲ ਇੱਕ ਬਨਾਨਾ ਖਾ ਸਕਦੇ ਹੋ। ਬਨਾਨਾ ਖਾਣ ਤੋਂ ਬਾਅਦ ਵਰਕਆਊਟ ਤੋਂ 15 ਮਿੰਟ ਪਹਿਲਾਂ ਬਲੈਕ ਕੌਫੀ ਬਣਾ ਕੇ ਪੀਣੀ ਆ, ਉਹਦੇ ਵਿੱਚ ਸ਼ੂਗਰ ਵਗੈਰਾ ਐਡ ਨਹੀਂ ਕਰਨੀ। ਉਸ ਤੋਂ ਬਾਅਦ ਤੁਸੀਂ ਹਲਕਾ ਜਿਹਾ ਵਾਰਮ ਅਪ ਕਰੋ। ਵਾਰਮ ਅਪ ਕਰਨਾ ਬਹੁਤ ਜ਼ਰੂਰੀ ਆ, ਅਗਰ ਤੁਸੀਂ ਵਾਰਮ ਅਪ ਨਹੀਂ ਕਰੋਗੇ ਤੁਹਾਡਾ ਮਸਲਾ ਜਿਹੜਾ ਉਹ ਚੜ ਜਾਏਗਾ, ਕਰੈਂਪ ਹੋ ਜਾਏਗਾ। ਸੋ ਇਸ ਕਰਕੇ ਵਾਰਮ ਅਪ ਤੋਂ ਬਿਨਾਂ ਐਕਸਰਸਾਈਜ਼ ਨਹੀਂ ਲਾਣੀ ਹੈਗੀ। ਫਿਰ ਜਦੋਂ ਤੁਸੀਂ ਵਾਰਮ ਅਪ ਚੰਗੀ ਤਰ੍ਹਾਂ ਹੋ ਗਏ, ਜਿਵੇਂ ਮੈਂ ਤੁਹਾਨੂੰ ਦੱਸਿਆ ਵਾ, ਹਰੇਕ ਐਕਸਰਸਾਈਜ਼ ਦੇ ਤੁਸੀਂ ਕਿੰਨੇ ਸੈੱਟ ਲਾਉਣੇ ਆ, ਹਰੇਕ ਐਕਸਰਸਾਈਜ਼ ਦੇ ਦੇਖੋ ਸੈੱਟ ਲਾਉਣੇ ਆਪਾਂ 3 ਤੋਂ 5 ਸੈੱਟ ਹੋਣਗੇ। ਹਰੇਕ ਐਕਸਰਸਾਈਜ਼ ਦੇ ਵਿੱਚ ਰੈਪੀਟੇਸ਼ਨ ਘੱਟੋ ਘੱਟ 20 ਤੋਂ ਲੈ ਕੇ 40 ਰੈਪੀਟੇਸ਼ਨ ਤੁਸੀਂ ਲਾਉਣੇ ਲਾਉਣੇ ਆ, 20 ਤਾਂ ਘੱਟੋ ਘੱਟ ਲਾਉਣੀ ਲਾਉਣੀ, 20 ਤੋਂ ਘੱਟ ਨਹੀਂ ਲਾਉਣੇ। ਨਾਲ ਦੀ ਨਾਲ ਚੇਂਜ ਕਰ ਦੇਣੇ, ਜਿਵੇਂ ਤੁਸੀਂ ਮੇਰੀ ਐਕਸਰਸਾਈਜ਼ ਦੇ ਵਿੱਚ ਦੇਖਿਆ, ਮੈਂ ਨਾਲ ਦੀ ਨਾਲ ਐਕਸਰਸਾਈਜ਼ ਚੇਂਜ ਕਰੀ ਜਾ ਰਿਹਾ ਸੀ, ਤੁਸੀਂ ਕਰੀ ਜਾਣੀ ਆ ਹੈ ਨਾ। ਹੁਣ ਆਪਾਂ ਗੱਲ ਕਰਦੇ ਵੀ ਲਾਉਣੀ ਕਿੰਨੇ ਦਿਨਾਂ ਬਾਅਦ ਆ, 1 ਦਿਨ ਛੱਡ ਕੇ ਲਾਉਣੀ ਆ, ਯਾਨੀ ਕਿ ਸਾਡੇ ਮਸਲ ਨੂੰ ਗਰੋ ਹੋਣ ਵਾਸਤੇ 24 ਘੰਟੇ ਚਾਹੀਦੀ ਆ। ਮੰਨ ਕੇ ਚਲੋ ਅੱਜ ਮੈਂ ਪੇਟ ਦੀਆਂ ਐਕਸਰਸਾਈਜ਼ਾਂ ਲਾ ਲਈਆਂ, ਹੁਣ ਮੈਨੂੰ 24 ਘੰਟੇ ਚਾਹੀਦੇ ਆ ਇਹਨੂੰ ਗਰੋ ਹੋਣ ਵਾਸਤੇ। 24 ਘੰਟੇ ਜਦੋਂ ਤੁਹਾਡੇ ਕੰਪਲੀਟ ਹੋ ਜਾਣਗੇ, 24 ਜਾਂ 36 ਘੰਟੇ ਕੰਪਲੀਟ ਹੋ ਜਾਣਗੇ, 36 ਘੰਟੇ ਬਾਅਦ ਤੁਸੀਂ ਫਿਰ ਐਕਸਰਸਾਈਜ਼ ਲਾਉਣੀ ਸ਼ੁਰੂ ਕਰ ਦਿਓ। ਮੈਂ ਤਾਂ ਤੁਹਾਨੂੰ ਇਹ ਕਹੂੰਗਾ 24 ਘੰਟੇ ਤੁਸੀਂ ਛੱਡੋ, ਤੁਸੀਂ 36 ਘੰਟੇ ਰੈਸਟ ਦਿਓ ਆਪਣੇ ਮਸਲ ਨੂੰ, 36 ਘੰਟੇ ਬਾਅਦ ਤੁਸੀਂ ਲਾਓ, ਤੁਹਾਡਾ ਮਸਲ ਬਹੁਤ ਛੇਤੀ ਗਰੋ ਕਰੇਗਾ। ਅਤੇ ਜਿਹੜੀ ਮੇਨ ਸਭ ਤੋਂ ਜ਼ਰੂਰੀ ਚੀਜ਼ ਆ ਉਹ ਹੈਗੀ ਹੈ ਡਾਇਟ। ਡਾਇਟ ਤੁਹਾਡੀ ਏ ਕਲਾਸ ਹੋਣੀ ਚਾਹੀਦੀ, ਜਦੋਂ ਤੱਕ ਤੁਹਾਡੀ ਡਾਇਟ ਨਹੀਂ ਵਧੀਆ ਹੋਏਗੀ ਉਦੋਂ ਤੱਕ ਤੁਹਾਡੀ ਬੋਡੀ ਵੇਟ ਦਾ ਜਿਹੜਾ ਫੈਟ ਆ ਨਾ ਉਹ ਨਹੀਂ ਘਟੇਗਾ। ਸੋ ਇਸ ਕਰਕੇ ਤੁਹਾਡੀ ਡਾਇਟ ਆ ਜਿਹੜੀ ਉਹ ਵਧੀਆ ਹੋਣੀ ਬਹੁਤ ਜ਼ਰੂਰੀ ਆ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ। ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਅਗਰ ਤੁਹਾਡਾ ਇਸ ਵੀਡੀਓ ਦੀ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਕੇ ਮੈਨੂੰ ਮੈਸੇਜ ਕਰ ਸਕਦੇ ਹੋ ਜੀ, ਜਾਂ ਫਿਰ ਤੁਸੀਂ ਮੇਰੀ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ। ਸੋ ਦੋਸਤੋ ਮਿਲਦੇ ਕੱਲ੍ਹ ਇੱਕ ਨਵੀਂ ਅਤੇ ਵਧੀਆ ਵੀਡੀਓ ਦੇ ਨਾਲ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।